ਸ਼ਾਮ ਦਾ ਕੀ ਹਾਲ ਆ? ਬਾਕੀ ਫਿਰ ਲਾਹੌਰ ਵੀ ਲੱਗ ਗਿਆ ਸਾਡੇ ਸੀਗੇ ਜੀ ਸਰਦਾਰ ਨਿਸ਼ਾਨ ਸਿੰਘ ਜੀ, ਜਿਹੜੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਸਾਰੇ ਜਾਣੇ, ਮੈਂ ਅਸੀਂ ਦੁਬਾਰਾ ਲਾਏ ਹੋਏ ਹਾਂ ਨਿਸ਼ਾਨ ਸਿੰਘ ਜੀ ਨੂੰ ਲੈ ਕੇ, ਅਤੇ ਇਹਨਾਂ ਦਾ ਇਲਾਜ ਦੀਪਕ ਹੋਸਪਿਟਲ ਦੇ ਵਿੱਚ ਚੱਲਦਾ ਜੀ। ਮੇਰੇ ਕਿ ਪੰਜ ਚਾਰ ਪੰਜ ਦਿਨ ਹੋ ਗਏ, ਸ਼ਾਇਦ ਮੈਨੂੰ ਡੇਟ ਨਹੀਂ ਕਨਫਰਮ ਕੀਤੇ ਵੀ ਆਈ ਸੀ ਯੂ ਦੇ ਵਿੱਚ ਐਡਮਿਟ ਆ ਜੀ ਇਹ, ਅਤੇ ਇਹਨਾਂ ਦੇ ਰੋਜ਼ ਪੱਟੀ ਹੁੰਦੀ ਹੈ ਸਿਰ ਦੇ ਵਿੱਚ, ਅਤੇ ਹੁਣ ਸਿਰ ਦੇ ਵਿੱਚ ਜ਼ਖਮ ਬਿਲਕੁਲ ਯਾਨੀ ਕਿ ਕਾਫੀ ਜ਼ਿਆਦਾ ਠੀਕ ਹੋ ਗਿਆ। ਕੀੜੇ ਬਿਲਕੁਲ ਕੀੜੇ ਤਾਂ ਨਹੀਂ ਬਾਬਾ ਜੀ ਨਿਕਲੇ? ਗੁਰੂ ਮਹਾਰਾਜ ਨੇ ਕਿਰਪਾ ਕਰੀ ਹੈ ਜੀ, ਜਿਵੇਂ ਤੁਸੀਂ ਦੇਖ ਰਹੇ ਹੋ। ਆ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਰੋ। ਇਹ ਬਜ਼ੁਰਗ ਹੁਣ ਅੱਗੇ ਨਾਲ ਠੀਕ ਹੈ ਜੀ ਬਹੁਤ ਜ਼ਿਆਦਾ, ਅਤੇ ਸਿਹਤ ਥੋੜ੍ਹੀ ਜਿਹੀ ਡਾਊਨ ਹੈ ਇਹਨਾਂ ਦੀ, ਯਾਨੀ ਕਿ ਕਮਜ਼ੋਰ ਆ ਥੋੜ੍ਹੇ ਜਿਹੇ, ਡਾਕਟਰ ਸਾਹਿਬ ਕਹਿੰਦੇ ਵੀ ਕਮਜ਼ੋਰੀ ਠੀਕ ਹੋਣ ਤੋਂ ਬਾਅਦ ਇਹਨਾਂ ਦਾ ਅਪਰੇਟ ਹੋਊਗਾ। ਅਤੇ ਮੈਂ ਸਾਰੇ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਕਰਦਾ ਜੀ ਵੀ ਤੁਸੀਂ ਵੀ ਸਾਰੇ ਵੀਰ ਅਤੇ ਭਰਾ ਅਤੇ ਭੈਣਾਂ ਸਾਰੇ ਅਰਦਾਸ ਕਰਿਆ ਕਰੋ ਜੀ, ਇਸ ਜਿੰਨੇ ਵੀ ਵੀਰ ਸਾਡੇ ਕੋਲ ਰਹਿੰਦੇ ਅਤੇ ਹੋਰ ਵੀ, ਚਲੋ ਨਿਸ਼ਾਨ ਸਿੰਘ ਜੀ ਬਾਰੇ ਤਾਂ ਅਰਦਾਸ ਤੁਸੀਂ ਕਰਨੀ ਹੋਈ ਆ, ਸਾਰਿਆਂ ਬਾਰੇ ਅਰਦਾਸ ਕਰਿਆ ਕਰੋ ਜੀ, ਉਹ ਠੀਕ ਹੋ ਜਾਣ ਅਤੇ ਠੀਕ ਰਹਿਣ, ਉਹਨਾਂ ਦੀਆਂ ਸਿਹਤਾਂ ਠੀਕ ਹੋਣ ਅਤੇ ਆਪਦੇ ਪਰਿਵਾਰਾਂ ਦੇ ਵਿੱਚ ਪਹੁੰਚ ਸਕਣ ਜੀ, ਕਿਉਂਕਿ ਇਹ ਬੜੇ ਸਮੇਂ ਤੋਂ ਵਿਚਾਰੇ, ਪਤਾ ਨਹੀਂ ਕਿੰਨੇ ਕਿੰਨੇ ਸਮੇਂ ਤੋਂ ਸਮਾਜ ਦੇ ਵਿੱਚੋਂ ਨਿਗਲੈਕਟ ਕੀਤੇ ਹੋਏ ਪਰਸਨ ਆ ਵਿਚਾਰੇ, ਕਈ ਤਾਂ ਪਰਿਵਾਰਾਂ ਨੇ ਨਿਗਲੈਕਟ ਕੀਤੇ ਹੋਏ ਆ, ਪਰਿਵਾਰ ਹੀ ਨਹੀਂ ਸਮੇਂ ਦੇ, ਜਿਹਨਾਂ ਦੇ ਤਿੰਨ ਚਾਰ ਬੰਦੇ ਸਾਡੇ ਕੋਲ ਇੱਦਾਂ ਦੇ ਵੀ ਆ ਜੀ ਜਿਹਨਾਂ ਦੇ ਪਰਿਵਾਰ ਹੈਗੇ ਆ, ਪਤਾ ਸਾਨੂੰ ਉਹਨਾਂ ਨੂੰ ਵੀ ਪਤਾ ਇੱਥੇ ਰਹਿੰਦੇ ਸਾਡੇ ਕੋਲ ਪਰ ਅਪਰੋਚ ਨਹੀਂ ਕਰਦੇ, ਅਤੇ ਕਈਆਂ ਦੇ ਪਰਿਵਾਰ ਪਤਾ ਲੱਗਣ 'ਤੇ ਜਲਦੀ ਆ ਜਾਂਦੇ ਜੀ, ਜਿਵੇਂ ਕਿ ਹੁਣ ਤੁਸੀਂ ਦੇਖਿਆ ਸਾਡੀਆਂ ਬੈਕ ਪੋਸਟਾਂ ਚਾਰ ਪੰਜ ਜਿਹੜੀਆਂ ਅਸੀਂ ਪਾਈਆਂ, ਉਹਦੇ ਵਿੱਚ ਤਿੰਨ ਚਾਰ ਵੀਰਾਂ ਦੇ ਪਰਿਵਾਰ ਲੱਭ ਗਏ ਜੀ ਅਤੇ ਲੈ ਵੀ ਗਏ ਆ, ਅਤੇ ਨਿਸ਼ਾਨ ਸਿੰਘ ਜੀ ਦਾ ਵੀ ਪਰਿਵਾਰ ਮਿਲ ਗਿਆ, ਇਹਦੀਆਂ ਦੋਨੋਂ ਸਿਸਟਰ ਆਈਆਂ ਸੀ, ਬ੍ਰਦਰ ਆਇਆ ਸੀ, ਭਤੀਜਾ ਆਇਆ ਸੀ ਜੀ, ਮਿਲ ਕੇ ਗਏ ਆ ਜੀ ਉਹ, ਅਤੇ ਇਹਨਾਂ ਦੇ ਸਿਹਤ ਜਿਹੜੀ ਹੁਣ ਠੀਕ ਹੋ ਰਹੀ ਆ, ਅਤੇ ਗੁਰੂ ਮਹਾਰਾਜ ਜੋ ਕਿਰਪਾ ਕਰੀ ਇਹਦੇ ਵਿੱਚ ਇੱਕ ਵੱਡਾ ਹੱਥ ਅਮਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵੀਰਾਂ ਦਾ ਵੀ ਆ ਜੀ, ਜਿਹੜੇ ਚਾਰ ਵੀਰ ਇਹਨੂੰ ਛੱਡ ਕੇ ਗਏ ਸੀਗੇ ਜੀ, ਜੋਵਨਜੀਤ ਆ ਜੀ, ਗੁਰਪ੍ਰੀਤ ਆ, ਅਤੇ ਹੈਪੀ ਆ ਜੀ, ਅਤੇ ਗੁਰਜੀਤ ਆ ਜੀ, ਉਹਨਾਂ ਨੇ ਵਿਚਾਰਿਆਂ ਨੇ ਬੜੀ ਮਦਦ ਕੀਤੀ, ਜਿਹੜੇ ਇਹਨਾਂ ਨੂੰ ਐਡਾ ਹੌਸਲੇ ਨਾਲ ਇੱਥੇ ਛੱਡ ਕੇ ਆ ਲੈ ਕੇ ਆਏ, ਇੱਥੇ ਸਾਡੇ ਕੋਲ ਪਹੁੰਚਦਾ ਕੀਤਾ ਜੀ ਉਹਨਾਂ ਨੇ ਵਿਚਾਰਿਆਂ ਨੇ। ਅਤੇ ਬਾਕੀ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਰ ਵੀ ਇੱਕ ਦੋ ਪਰਸਨ ਇੱਦਾਂ ਦੇ ਹੈਗੇ ਆ ਨੇੜੇ ਤੇੜੇ, ਉੱਥੇ ਜਿਹੜੇ ਸਾਨੂੰ ਕਾਲ ਆ ਰਹੀ ਆ, ਇੱਕ ਬਜ਼ੁਰਗ ਆ ਉੱਥੇ ਦੱਸਦੇ ਆ ਉਹਦੀਆਂ ਪੂਰੀ ਫੈਮਿਲੀ ਦੀ ਡੈਥ ਹੋ ਗਈ ਆ ਜੀ, ਹੋ ਗਿਆ 6 ਮਹੀਨੇ ਜੀ, 7 ਜੀ ਸੀਗੇ ਪਰਿਵਾਰ ਦੇ ਐਕਸੀਡੈਂਟ ਦੇ ਵਿੱਚ, 7 ਜੀਆਂ ਦੀ ਡੈਥ ਹੋ ਗਈ, ਅਤੇ ਉਹ ਇਕੱਲੇ ਬਜ਼ੁਰਗ ਉੱਥੇ ਰਹਿੰਦੇ ਆ, ਅਤੇ ਉਹਨਾਂ ਦੀ ਲੱਤ ਅਤੇ ਬਾਂਹ ਦੋ ਥਾਵਾਂ 'ਤੇ ਟੁੱਟੀ ਹੋਈ ਆ, ਅਤੇ ਬੈਕ ਦੇ ਵਿੱਚ ਵੀ ਬਹੁਤ ਪ੍ਰੋਬਲਮ ਆ ਉਹਨਾਂ ਦੀ, ਅਤੇ ਬੜੀ ਮੁਸ਼ਕਲਾਂ ਪੈਂਦੇ ਆ, ਅਤੇ ਜੇ ਗੁਰੂ ਮਹਾਰਾਜ ਨੇ ਕਿਰਪਾ ਕਰੀ ਤਾਂ ਅਸੀਂ ਉਹਨਾਂ ਨੂੰ ਵੀ ਜ਼ਰੂਰ ਲੈ ਕੇ ਆਵਾਂਗੇ ਜੀ। ਬਾਕੀ ਨਿਸ਼ਾਨ ਸਿੰਘ ਜੀ ਹੁਣ ਠੀਕ ਹੈ ਜੀ, ਬਸ ਅਸੀਂ ਦੁਆ ਕਰਦੇ ਹਾਂ ਵੀ ਛੇਤੀ ਛੇਤੀ ਆਪਦੇ ਪਰਿਵਾਰ ਦੇ ਵਿੱਚ ਪਹੁੰਚਣ ਜੀ। ਨਿਸ਼ਾਨ ਸਾਹਿਬ ਜੀ ਕਿੰਨੇ ਕੁ ਸਾਲਾਂ ਤੋਂ ਉੱਥੇ ਸੀਗੇ ਤੁਸੀਂ ਹਰਿਮੰਦਰ ਸਾਹਿਬ 'ਚ? ਮੈਂ
ਉੱਤੇ ਪ੍ਰਕਰਮਾ ਜੀ ਰਹਿੰਦੇ ਸੀ, ਪ੍ਰਕਰਮਾ ਜੀ ਸੁਣਦੇ ਸੀ ਉੱਤੇ ਜਿੱਥੇ ਜੀਤ ਦਾ ਸੁਣ ਲਏ ਪ੍ਰਕਰਮਾ ਦੇ ਵਿੱਚ ਤੇ ਸੇਵਾ ਵਗੈਰਾ ਵੀ ਕਰਾਉਂਦੇ ਸੀ, ਉੱਥੇ ਡਿਊਟੀ ਲਾਉਂਦੇ ਸੀ ਸੇਵਾ ਪੰਜਾਬੀ ਕੀਤੀ। ਹੁਣ ਜਦੋਂ ਸਰੀਰ ਖੜ ਗਿਆ ਹੁਣ ਸੇਵਾ ਨੀ ਹੋਈ ਹੈ ਨਹੀਂ ਹੋਈ, ਕੀ ਚੱਕਰ ਹੋ ਗਿਆ ਜੀ ਸੇਵਾ ਦਾ ਜੀ, ਕਾਹਤੋਂ ਨੀ ਹੋਈ ਫਿਰ ਮੁੜ ਕੇ ਸਰੀਰ ਡਾਊਨ ਹੋ ਗਿਆ ਜੀ। ਚਲੋ ਹੁਣ ਗੁਰੂ ਮਹਾਰਾਜ ਕਿਰਪਾ ਕਰਨੀ ਡਾਊਨ ਹੋ ਗਈ ਨਾ ਫਿਰ ਤੁਹਾਡੀ ਚੱਲਦੇ ਸੀਗੇ ਜੀ, ਇਹ ਠੀਕ ਵਧੀਆ ਆਪਦਾ ਕਮਾਈ ਵੀ ਕਰਦੇ ਰਹੇ ਆ ਤੇ ਸੇਵਾ ਵੀ ਕਰਦੇ ਰਹੇ ਆ ਦੱਸਦੇ ਆ ਤੇ, ਪਰ ਹੁਣ ਗੁਰੂ ਮਹਾਰਾਜ ਇਹਨਾਂ ਦੇ ਦੁਆਰਾ ਕਿਰਪਾ ਕਰਨ, ਕਿਉਂਕਿ ਇਹਨਾਂ ਨੂੰ ਗੁਰੂ ਮਹਾਰਾਜ ਨੇ ਇਹਨਾਂ ਦੀ ਸੁਣੀ ਹੈ ਜਿਹੜੀ ਜੋ ਕਿ ਸਾਡੇ ਕੋਲ ਇਹਨਾਂ ਨੂੰ ਭੇਜਿਆ ਦਵਾ ਇੱਥੇ ਜੀ, ਗੁਰੂ ਮਹਾਰਾਜ ਨੇ ਸਾਡੀ ਡਿਊਟੀ ਲਾਈ ਆ ਪਾਪੀ ਬੰਦਿਆਂ ਦੀ ਸਾਡੇ ਵਰਗਿਆਂ ਦੀ, ਵੀ ਇਹਨਾਂ ਦੀ ਸੇਵਾ ਕਰਨ ਤੇ ਇਹਨਾਂ ਨੂੰ ਠੀਕ ਕਰਨ ਤੇ ਅਸੀਂ ਆਪਦੀ ਤਨਦੇਹੀ ਨਾਲ ਪੂਰੀ ਸੇਵਾ ਨਿਭਾ ਰਹੇ ਹਾਂ ਜੀ ਇਹਨਾਂ ਦੀ, ਤੇ ਗੁਰੂ ਮਹਾਰਾਜ ਕਿਰਪਾ ਕਰਨ ਤੇ ਇਹ ਛੇਤ ਤੋਂ ਛੇਤੀ ਠੀਕ ਹੋ ਜਾਣ ਤੇ ਆਪਦੇ ਪਰਿਵਾਰ ਦੇ ਵਿੱਚ ਪਹੁੰਚ ਸਕਣ ਜੀ। ਸਾਡੇ ਸੁਸ਼ਾਂਤ ਸਿੰਘ ਜੀ ਬਾਰੇ ਦੁਆ ਕਰੋ ਜੀ, ਛੇਤੀ ਤੋਂ ਛੇਤੀ ਠੀਕ ਹੋ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ।